ਦੋਸਤੋ ਛੋਟੀ ਜਿਹੀ ਜਾਣਕਾਰੀ ਸ਼ੇਅਰ ਕਰਨ ਜਾ ਰਹੇ ਹਾਂ ਰਸ਼ੀਆ ਤੇ ਯੂਕਰੇਨ ਦੇ ਵਿੱਚ ਚੱਲ ਰਹੇ ਵਿਵਾਦ ਦੇ ਬਾਰੇ ਦੋਸਤੋ ਜਲਦੀ ਹੀ ਇਹ ਵਿਵਾਦ ਜਿਹੜਾ ਆ ਯੁੱਧਾ ਰੂਪ ਲੈ ਲੇਗਾ ਕਿਉਂਕਿ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਆਪਣੀ ਆਰਮੀ ਨੂੰ ਯੂਕਰੇਨ ਦੇ ਉੱਤੇ ਕੂਚ ਕਰਨ ਲਈ ਕਹਿ ਦਿੱਤਾ ਆ ਇਸ ਤੋਂ ਇਲਾਵਾ ਦੋਸਤੋ ਰਸ਼ੀਆ ਨੇ ਯੂਕਰੇਨ ਦੇ ਜਿਹੜੇ ਦੋ ਪ੍ਰਾਂਤ ਆ ਡੋਨੇਸਕ ਤੇ ਲੁਹਾਨਸਕ ਉਹਨਾਂ ਨੂੰ ਆਜ਼ਾਦ ਦੇਸ਼ ਘੋਸ਼ਿਤ ਕਰਤਾ ਆ ਤੇ ਇੱਥੇ ਹੁਣ ਰਸ਼ੀਅਨ ਸੈਪਰੇਟਿਸਟ ਜਿਹੜੇ ਹੈਗੇ ਆ ਉਹਨਾਂ ਦਾ ਕਬਜ਼ਾ ਹੋ ਗਿਆ ਆ ਦੋਸਤੋ ਬਹੁਤ ਸਾਰੇ ਮੁਲਕਾਂ ਨੇ ਰਸ਼ੀਆ ਦੇ ਉੱਤੇ ਪ੍ਰਤੀਬੰਧ ਲਗਾਏ ਆ ਜਿਨ੍ਹਾਂ ਚੋਂ ਕਿ EU ਯੂਰੋਪੀਅਨ ਯੂਨੀਅਨ ਤੇ ਅਮਰੀਕਾ ਜਿਹੜਾ ਕਹਿ ਰਿਹਾ ਆ ਕਿ ਉਹ ਇਸ ਦਾ ਜਵਾਬ ਵੀ ਦੇਵੇਗਾ ਯੂਕਰੇਨ ਦਾ ਕਹਿਣਾ ਆ ਕਿ ਉਹ ਕਿਸੇ ਤੋਂ ਡਰਦੇ ਨਹੀਂ ਤੇ ਉਹਨਾਂ ਦੀ ਆਰਮੀ ਜਿਹੜੀ ਆ ਯੁੱਧ ਲਈ ਤਿਆਰ ਆ ਹੁਣ ਦੋਸਤੋ ਅੱਗੇ-ਅੱਗੇ ਦੇਖਿਆ ਜਾਏਗਾ ਕਿ ਇਸ ਦਾ ਨਤੀਜਾ ਕੀ ਨਿਕਲਦਾ ਆ ਪਰ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਮਾਰਕੀਟ ਦੇ ਵਿੱਚ ਜਿਹੜੀ ਮਹਿੰਗਾਈ ਹੋ ਵਧੇਗੀ ਸਪੈਸ਼ਲੀ ਜਿਹੜਾ ਕੱਚਾ ਤੇਲ ਆ ਉਹ ਮਹਿੰਗਾ ਹੋਏਗਾ CNG ਗੈਸ ਹਰ ਚੀਜ਼ ਦੇ ਉੱਤੇ ਜਿਹੜਾ ਆ ਉਹ ਪ੍ਰਭਾਵ ਪਵੇਗਾ ਦੋਸਤੋ ਭਾਰਤ ਨੇ ਫਲਾਈਟਾਂ ਜਿਹੜੀਆਂ ਉਹ ਸ਼ੁਰੂ ਕਰਤੀਆਂ ਆ ਯੂਕਰੇਨ ਦੇ ਵਿੱਚ ਤਾਂ ਕਿ ਉਹ ਆਪਣੇ ਜਿਹੜੇ ਸਿਟੀਜ਼ਨਸ ਉੱਥੇ ਰਹਿ ਰਹੇ ਆ ਉਹਨਾਂ ਨੂੰ ਬਾਹਰ ਨਿਕਾਲ ਸਕਣ ਤੇ ਇਸ ਤੋਂ ਇਲਾਵਾ ਦੋਸਤੋ ਸਾਰੀਆਂ ਕੰਟਰੀਆਂ ਜਿਹੜੀਆਂ ਉਹ ਕੋਸ਼ਿਸ਼ ਕਰ ਲਈਆਂ ਕਿ ਇਹ ਪੀਸਫੁਲ ਤਰੀਕੇ ਦੇ ਨਾਲ ਸਾਰਾ ਜਿਹੜਾ ਮੈਟਰ ਆ ਉਹ ਸੋਲਵ ਹੋ ਜਾਏ ਦੋਸਤੋ ਮੈਂ ਤੁਹਾਨੂੰ ਦੱਸ ਦਵਾ ਕਿ ਰਸ਼ੀਆ ਜਿਹੜਾ ਆ ਉਹ ਯੂਕਰੇਨ ਦਾ ਨਾਟੋ ਕੰਟਰੀਜ਼ ਦੇ ਨਾਲ ਜਿਹੜਾ ਗਠਜੰਬੰਦਨ ਆ ਉਹਦੇ ਖਿਲਾਫ ਆ ਕਿਉਂਕਿ ਜੇਕਰ ਨਾਟੋ ਕੰਟਰੀਜ਼ ਦੇ ਨਾਲ ਯੂਕਰੇਨ ਜਾਂਦਾ ਆ ਤੇ ਰਸ਼ੀਆ ਦੇ ਲਈ ਇਹ ਖਤਰਾ ਪੈਦਾ ਕਰਦਾ ਆ ਸੋ ਦੋਸਤੋ ਹੁਣ ਸਥਿਤੀ ਜਿਹੜੀ ਆ ਬਹੁਤ ਗੰਭੀਰ ਆ ਲਗਭਗ ਜਿਹੜਾ ਲੜਾਈ ਦਾ ਮਾਹੌਲ ਪੂਰਾ ਬਣਿਆ ਹੋਇਆ ਤੇ ਹੁਣ ਅਸੀਂ ਅੱਗੇ-ਅੱਗੇ ਦੇਖਾਂਗੇ ਕਿ ਅੱਗੇ-ਅੱਗੇ ਕੀ ਹੁੰਦਾ ਆ ਬਾਕੀ ਦੋਸਤੋ ਹਮੇਸ਼ਾ ਖੁਸ਼ ਰਹੋ ਤੇ ਜਿੰਦੇ ਵਾਸਤੇ ਰਹੋ